ਡਾਕਟਰ ਜੀ ਆਇਆਂ ਨੂੰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਬਹੁਤ ਬਹੁਤ ਧੰਨਵਾਦ ਸਰਦਾਰ ਹਰਜਿੰਦਰ ਸਿੰਘ ਜੀ ਤੇ ਸਾਰੇ ਹੀ ਸੁਣਨ ਵਾਲੇ ਸ਼ੋਤਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਕਿਮ ਸ਼ੋ ਕਸਾ ਹੈ, ਸਲੋ, ਬੋਨਜੋਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਫਿਰ ਪਹਿਲਾਂ ਤਾਂ ਦੱਸੋ ਵੀ ਜਿਹੜੇ ਜੋੜਾਂ ਦੇ ਦਰਦ ਕਿਉਂ ਹੁੰਦੇ ਆ? ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਉਹ ਜੋੜਾਂ ਦੇ ਦਰਦ ਨੇ ਨੀਰਸ ਬਣਾ ਰੱਖੀ ਹੈ। ਆਪਾਂ ਅਗਰ ਦੇਖੀਏ ਤਾਂ ਜੋੜਾਂ ਦਾ ਦਰਦ 40-45 ਸਾਲ ਤੋਂ ਬਾਅਦ ਜ਼ਿਆਦਾ ਇਹਦੀ ਕੰਪਲੇਨਿੰਗ ਆਉਂਦੀ, ਹਾਲਾਂਕਿ ਕਿਹੜੀ ਵੀ ਏਜ ਗਰੁੱਪ 'ਚ ਆ ਸਕਦੀ, ਲੇਕਿਨ ਬੱਚੇ ਤੁਸੀਂ ਦੇਖੋ ਦੌੜਦੇ, ਭੱਜਦੇ, ਟੱਪਦੇ, ਨੱਚਦੇ, ਹੈ ਨਾ, ਅਗਰ ਸੱਟ ਸੁੱਟ ਲੱਗੇ ਤਾਂ ਹੀ ਉਹ ਕੰਪਲੇਨ ਕਰਦੇ, ਜਾਂ ਸੌਕਰ ਖੇਡਦੇ ਮੋਚ ਆ ਜਾਏ ਤਾਂ ਗਿੱਟਾ ਸੁੱਜਿਆ ਹੁੰਦਾ, ਲੇਕਿਨ ਉਹਨਾਂ ਨੂੰ ਹੋਰ ਆਰਥਰਾਈਟਿਸ ਜਾਂ ਜੋੜਾਂ ਦੀ ਪ੍ਰੋਬਲਮ ਘੱਟ ਹੁੰਦੀ ਆ। ਹੁਣ ਜਦੋਂ ਆਪਾਂ ਆਰਥਰਾਈਟਿਸ ਦੀ ਗੱਲ ਕਰੀਏ, ਜੋੜਾਂ ਦੇ ਪੇਨ ਦੀ ਗੱਲ ਕਰੀਏ, ਤਾਂ ਮੈਂ ਇੱਥੇ ਦੱਸਣਾ ਚਾਹੁੰਦਾ, ਅਸੀਂ ਜਦੋਂ ਪਿਛਲੇ ਵਰੇ ਪ੍ਰੋਗਰਾਮ ਕੀਤਾ ਸੀ ਹੱਡੀਆਂ ਬਾਰੇ, ਹੈ ਨਾ, ਸਰੀਰ ਦੇ ਵਿੱਚ ਜਦੋਂ ਅਸੀਂ ਪੈਦਾ ਹੁੰਦੇ 270 ਹੱਡੀਆਂ ਹੁੰਦੀਆਂ, ਅਤੇ ਕੁਛ ਫਿਊਜ਼ ਹੋ ਗਏ ਅਤੇ ਐਡਲਟ ਲਾਈਫ 'ਚ 206 ਰਹਿ ਜਾਂਦੀਆਂ, ਲੇਕਿਨ ਜਿਹੜੇ ਜੁਆਇੰਟ ਆ ਉਹ ਓਨੇ ਹੀ ਰਹਿੰਦੇ ਆ, 360 ਜੁਆਇੰਟ ਹੈਗੇ ਆ, 360 ਜੁਆਇੰਟ ਸਾਰੀ ਬਾਡੀ 'ਚ। ਹਾਂ, ਸੋ ਹੁਣ ਦੇਖੋ ਧੋਣ ਮੈਂ ਹਿਲਾ ਰਿਹਾ, ਇਹ ਪਿਵਟਲ ਜੁਆਇੰਟ ਆ, ਵੀ ਸੱਜੇ ਖੱਬੇ ਨੇ ਮੂਵ ਹੋ ਜਾਣਾ, ਆ ਮੇਰੇ ਉਂਗਲਾਂ ਦੇ ਜਿਹੜੇ ਮਲਟੀ ਟਾਸਕ ਜਿਹੜੇ ਜੁਆਇੰਟ ਆ, ਇਹਨੂੰ ਕਹਿੰਦੇ ਹਿੰਜ ਜੁਆਇੰਟ, ਵੀ ਜਿਹੜਾ ਮੇਰਾ ਐਲਬੋ ਜਾਂ ਗੋਡੇ ਦਾ ਹੋ ਗਿਆ, ਜਿਹੜਾ ਮੇਰਾ ਹਿੱਪ ਦਾ ਉਹ ਬਾਲ ਐਂਡ ਸੌਕਟ ਹੈ, ਉਹ ਵੀ ਰੋਟੇਟ ਹੋ ਸਕਦਾ ਮਲਟੀਪਲ ਡਾਇਰੈਕਸ਼ਨ 'ਚ। ਸੋ ਪਰਮਾਤਮਾ ਨੇ ਇਹ ਸਾਨੂੰ ਇਹ ਨਿਆਮਤ ਬਖਸ਼ੀ ਆ ਵੀ ਆਪਾਂ ਤੁਰ ਸਕੀਏ, ਦੌੜ ਸਕੀਏ, ਪੌੜੀਆਂ ਚੱਲ ਸਕੀਏ, ਛਲਾਂਗ ਮਾਰ ਸਕੀਏ, ਔਰ ਦਰਖਤ ਤੇ ਚੜ ਸਕੀਏ। ਹਾਂ, ਦਰਖਤ ਤੇ ਚੜ ਸਕੀਏ, ਮੈਨੂੰ ਚੇਤਾ ਵੀ ਦਰਖਤ 'ਚ ਚੜ ਕੇ ਇੱਕ ਦੋ ਵਾਰੀ ਡਿੱਗੇ ਵੀ ਅਸੀਂ ਨਿੱਕੇ ਹੁੰਦੇ, ਲੇਕਿਨ ਬਚਪਨਾ ਸੀ, ਹੈ ਨਾ, ਔਰ ਉਦੋਂ ਸੈੱਲਫੋਨ ਨਹੀਂ ਸੀ, ਚੰਗੀ ਗੱਲ ਸੀ, ਨਹੀਂ ਸੀ, ਹੈ ਨਾ, ਟੀ ਵੀ ਵੀ ਬਹੁਤ ਘੱਟ ਦੇਖਦੇ ਸੀ ਅਸੀਂ। ਸੋ ਜਿੱਥੇ ਜਿੱਥੇ ਦੋ ਹੱਡੀਆਂ ਮੀਟ ਹੋਣਗੀਆਂ, ਮਿਲਣਗੀਆਂ, ਉੱਥੇ ਇੱਕ ਜੋੜ ਬਣੂਗਾ, ਔਰ ਹੱਡੀਆਂ ਦੇ ਥੱਲੇ ਹਿੱਸੇ 'ਚ ਇੱਕ ਮਤਲਬ ਮਟੀਰੀਅਲ ਹੁੰਦਾ ਕੁਸ਼ਨ ਦਾ, ਜਿੱਦਾਂ ਸਿਰਹਾਣਾ ਲੈ ਲਓ, ਜਾਂ ਆਪਾਂ ਏਅਰ ਬੈਗ ਲੈ ਲਓ, ਜਾਂ ਬੰਪਰ ਪੈਡ ਸਾਡੇ ਹੁੰਦੇ ਆ, ਉਹਨੂੰ ਆਪਾਂ ਕਾਰਟੀਲੇਜ ਕਹਿੰਦੇ ਹਾਂ। ਹੁਣ ਕਾਰਟੀਲੇਜ ਦਾ ਮੈਨੂੰ ਪੰਜਾਬੀ ਅਨੁਵਾਦ ਨਹੀਂ ਆਉਂਦਾ, ਲੇਕਿਨ ਮੇਰੇ ਖਿਆਲ ਨਾਲ ਦਰਸ਼ਕ ਸਮਝ ਜਾਣਗੇ, ਨਮਦੇ ਵਰਗੀ। ਹਾਂਜੀ, ਜਿੱਦਾਂ ਹੁਣ ਕਿਉਂਕਿ ਮੈਂ ਬੰਬੇ ਤੋਂ, ਉਹ ਗਿਰੀ ਵਾਲਾ ਨਾਰੀਅਲ ਪਾਣੀ ਪੀਆ ਨਾ, ਅਤੇ ਅੰਦਰੋਂ ਮਲਾਈ ਕੱਢ ਕੇ ਉਹ ਦਿੰਦਾ, ਹੈ ਨਾ, ਉਹ ਸੌਫਟ ਹੁੰਦੀ ਆ, ਬਹੁਤ ਪੋਲੀ, ਉਹ ਜਿਹਾ ਹੁੰਦਾ ਸਾਡਾ ਕਾਰਟੀਲੇਜ। ਸੋ ਕਾਰਟੀਲੇਜ ਦਾ ਇਹ ਹੁੰਦਾ ਵੀ ਦੋਵੇਂ ਹੱਡੀਆਂ ਇੱਕ ਦੂਜੇ ਨਾਲ ਰਗੜਨ ਨਾ, ਅਤੇ ਹੁਣ ਉਦਾਹਰਨ ਦੇ ਤੌਰ ਦੇ ਉੱਤੇ ਕਾਰਾਂ ਜਿਹੜੀਆਂ ਹੈਗੀਆਂ, ਟਰੱਕ ਵੀ ਹੈਗੇ ਆ, ਹੁਣ ਟਰੱਕ ਦੀ ਬੋਡੀ ਦੇ ਉੱਤੇ ਕਾਰ ਦਾ ਟਾਰ ਲਾਈਏ ਅਤੇ ਉਹ ਵਿਚਾਰਾ ਬਹੁਤ ਘੱਟ ਟਾਈਮ ਉਹ ਜੀਵਤ ਰਹੂਗਾ, ਲੇਕਿਨ ਹੁਣ ਟਰੱਕ ਹੈਗਾ ਉਹਦੇ ਉੱਤੇ ਅਗਰ ਲੋਡ ਹੀ ਨਾ ਹੋਵੇ ਤਾਂ ਉਹਦਾ ਟਾਇਰ ਬਹੁਤ ਘੱਟ ਕੱਸੂਗਾ। ਸੋ ਜਿਹੜੇ ਸਾਡੇ ਵੇਅਰ ਐਂਡ ਟੀਅਰ ਕਰਕੇ ਜੁਆਇੰਟ ਘੱਸਦੇ ਆ, ਖਾਸ ਕਰਕੇ ਗੋਡਿਆਂ ਦੇ, ਉਹਨੂੰ ਅਸੀਂ ਕਹਿੰਦੇ ਹਾਂ ਆਸਟੀਓਆਰਥਰਾਈਟਿਸ, ਵੀ ਉਹ ਉਮਰ ਦੇ ਹਿਸਾਬ ਦੇ ਨਾਲ ਜਿੱਦਾਂ ਟਾਇਰ ਘੱਸਦੇ ਉੱਦਾਂ ਉਹ ਕਾਰਟੀਲੇਜ ਘੱਸਦੇ ਘੱਸਦੇ ਕਿੱਦਾਂ ਸਮਾਂ ਆਉਂਦਾ ਵੀ ਕਾਰਟੀਲੇਜ ਖਰਾਬ ਹੋ ਜਾਂਦਾ ਅਤੇ ਹੱਡੀਆਂ ਇੱਕ ਦੂਜੇ ਨਾਲ ਰਗੜਨ ਲੱਗ ਪੈਂਦੀਆਂ, ਬੋਨ ਟੂ ਬੋਨ। ਹਾਂ, ਉਦੋਂ ਫਿਰ ਦਰਦ ਹੁੰਦੀ ਆ, ਸੋਜ ਹੁੰਦੀ ਆ, ਤੁਰਨ 'ਚ ਔਖਿਆਈ ਹੁੰਦੀ ਆ, ਅਕੜਾਵਾਂਪਨ ਮਹਿਸੂਸ ਹੁੰਦਾ। ਕਈ ਪੇਨ ਕਿਲਰ ਲੈ ਕੇ ਆਪਣਾ ਕੰਮ ਗੁਜ਼ਾਰ ਸਕਦੇ ਆ, ਕੰਮ ਵੀ ਜਾ ਸਕਦੇ ਆ, ਸਪੋਰਟਸ ਵੀ ਖੇਡ ਸਕਦੇ ਆ, ਕਈਆਂ ਦੀ ਲਾਈਫ ਸਟਾਈਲ ਬਹੁਤ ਖਰਾਬ ਹੋ ਜਾਂਦੀ, ਕਈ ਵਾਕਰ 'ਤੇ ਆ ਜਾਂਦੇ ਆ, ਕਈਆਂ ਨੂੰ ਹੋਰ ਟ੍ਰੀਟਮੈਂਟਸ ਦੀ ਲੋੜ ਪੈਂਦੀ, ਉਹ 'ਤੇ ਆਪਾਂ ਬਾਅਦ 'ਚ ਜਾਵਾਂਗੇ। ਇਹ ਤਾਂ ਹੋਈ ਵੀਅਰ ਐਂਡ ਟੇਅਰ ਦੀ ਗੱਲ, ਦੂਜੀ ਹੈਗੀ ਆ ਵੀ ਸਾਡੀ ਬੋਡੀ ਦਾ ਜਿਹੜਾ ਡਿਫੈਂਸ ਸਿਸਟਮ ਹੈਗਾ, ਕਈ ਵਾਰ ਉਹ ਗਲਤੀ ਕਰ ਜਾਂਦਾ, ਉਹਨੂੰ ਕਹਿੰਦੇ ਆਟੋ ਇਮਿਊਨ ਸਿਸਟਮ, ਵੀ ਸਾਡੀ ਬੋਡੀ ਦੇ ਵਿੱਚ ਪਰਮਾਤਮਾ ਨੇ ਸਾਨੂੰ ਬਾਹਰਲੀ ਚੀਜ਼ਾਂ ਤੋਂ ਬਚਾਉਣ ਵਾਸਤੇ ਇੱਕ ਸਿਸਟਮ ਨਿਯੁਕਤ ਕੀਤਾ, ਉਹ ਸਾਡੀ ਬੋਡੀ ਦੇ ਹਰ ਇੱਕ ਅੰਗ ਨੂੰ ਪਹਿਚਾਣਦਾ ਵੀ ਉਹ ਮੇਰਾ, ਵੀ ਉਹ ਫੋਰਨ ਨਹੀਂ ਹੈਗਾ, ਲੇਕਿਨ ਕਈ ਵਾਰ ਉਹ ਗਲਤੀ ਕਰ ਜਾਂਦਾ। ਔਰ ਜੋੜਾਂ ਦੇ ਐਂਡ 'ਚ ਇੱਕ ਸ਼ੀਟ ਹੁੰਦੀ ਹੈ ਜਿਹਨੂੰ ਆਪਾਂ ਸਾਈਨੋਵੀਅਮ ਕਹਿੰਦੇ ਹਾਂ, SYNOVIUM, ਉਹਦਾ ਕੰਮ ਹੁੰਦਾ ਵੀ ਥੋੜ੍ਹਾ ਥੋੜ੍ਹਾ ਉਹਨੇ ਫਲੂਇਡ ਬਣਾਉਣਾ, ਜਿੱਦਾਂ ਨਹੀਂ ਆਪਾਂ ਕਹਿੰਦੇ ਹਾਂ ਵੀ ਗਰੀਸ ਵਗੈਰਾ ਜੁਆਇੰਟਸ 'ਚ ਚਾਹੀਦੀ ਹੈ ਜਾਂ ਤੇਲ ਚਾਹੀਦਾ, ਹੈ ਨਾ, ਵੀ ਉਹ ਫ੍ਰਿਕਸ਼ਨ ਜਿਹੜੀ ਨਾ ਹੋਵੇ, ਤਾਂ ਉਹ ਜਿਹੜੀ ਸ਼ੀਟ ਆ ਜਾਂ ਸਾਈਨੋਵੀਅਮ ਉਹਦੇ ਵਿੱਚ ਸੋਜ ਹੋ ਜਾਂਦੀ ਹੈ ਅਤੇ ਇਮਿਊਨ ਸਿਸਟਮ ਕਰ ਰਿਹਾ ਹੁੰਦਾ, ਉਹਦੇ ਕਰਕੇ ਜਿਹੜੀ ਆਰਥਰਾਈਟਿਸ ਹੁੰਦੀ ਹੈ ਉਹਨੂੰ ਕਹਿੰਦੇ ਰੂਮੇਟੋਇਡ ਆਰਥਰਾਈਟਿਸ, ਵੀ ਉਹਨੂੰ ਆਟੋ ਇਮਿਊਨ ਕਹਿੰਦੇ ਆ। ਹੁਣ ਕਈ ਵਿਅਕਤੀ ਹੈਗੇ ਆ ਵੀ ਜਿਨ੍ਹਾਂ ਨੂੰ ਯੂਰਿਕ ਐਸਿਡ ਜ਼ਿਆਦਾ ਬਣਦਾ, ਜਿਹਨੂੰ ਆਪਾਂ ਗਾਊਟ ਕਹਿੰਦੇ ਹਾਂ, GOUT, ਅਤੇ ਪੈਰਲਾ ਜਿਹੜਾ ਅੰਗੂਠਾ ਹੁੰਦਾ ਖਾਸ ਕਰਕੇ ਉੱਥੇ ਉਹਨਾਂ ਦੀ ਸੋਜ ਦੇਖਦੇ ਹਾਂ, ਤਾਂ ਯੂਰਿਕ ਐਸਿਡ ਦੇ ਜਿਹੜੇ ਕ੍ਰਿਸਟਲ ਜਿੱਦਾਂ ਸੂਈਆਂ ਨਹੀਂ ਹੁੰਦੀਆਂ, ਉਹ ਬਣ ਬਣ ਕੇ ਅਗਰ ਆਪਾਂ ਮਾਈਕਰੋਸਕੋਪ ਵਿੱਚ ਦੇਖੀਏ ਤਾਂ ਉਹ ਸਟਰੋਂਗ ਬਣੇ ਹੁੰਦੇ ਆ, ਜਿੱਦਾਂ ਆਈਸ ਕ੍ਰਿਸਟਲਸ ਬਣੇ ਹੁੰਦੇ ਆ ਯੂਰਿਕ ਐਸਿਡ ਦੇ ਕ੍ਰਿਸਟਲ, ਉਹਦੇ ਕਰਕੇ ਪੇਨ ਹੁੰਦੀ ਆ। ਬੱਚਿਆਂ ਦੇ ਵਿੱਚ ਵੀ ਆਰਥਰਾਈਟਿਸ ਅਗਰ ਹੋਏਗੀ ਉਹ ਵੀਅਰ ਐਂਡ ਟੀਅਰ ਦੇ ਨਾਲ ਕਦੀ ਨਹੀਂ ਹੁੰਦੀ, ਬਹੁਤਾ ਕਰਕੇ ਉਹ ਰੂਮੇਟੋਇਡ ਆਰਥਰਾਈਟਿਸ ਜਾਂ ਜੁਵੇਨਾਈਲ ਰੂਮੇਟੋਇਡ ਆਰਥਰਾਈਟਿਸ ਕਹਿੰਦੇ ਉਹਨੂੰ, JRA। ਹੁਣ ਬੱਚਿਆਂ 'ਚ ਦੋ ਪ੍ਰਕਾਰ ਦੀ ਹੁੰਦੀ, ਇੱਕ ਹੁੰਦੀ ਸਿਸਟਮਿਕ,
ਵੀ ਉਹਨੂੰ ਬੁਖਾਰ ਚੜ੍ਹ ਰਿਹਾ, ਚਮੜੇ 'ਤੇ ਰੈਸ਼ ਹੋ ਗਈ, ਅੱਖਾਂ ਲਾਲ ਹੋ ਗਈਆਂ, ਅਤੇ ਉਹਦੇ ਜੁਆਇੰਟ ਵੀ ਸੁੱਜ ਗਏ, ਜਾਂ ਫਿਰ ਉਹਦਾ ਇੱਕੋ ਜੁਆਇੰਟ ਜਾਂ ਫਿਰ ਇੱਕ ਜੁਆਇੰਟ ਤੋਂ ਹੋ ਕੇ ਦੂਜੇ ਜੁਆਇੰਟ ਹੁੰਦੇ ਆ, ਉਹਨੂੰ ਕਹਿੰਦੇ ਓਲੀਗੋ ਆਰਟੀਕੂਲਰ ਵੀ ਇੱਕ ਜੁਆਇੰਟ ਜਾਂ ਪੋਸੀ ਆਰਟੀਕੂਲਰ ਵੀ ਮਲਟੀਪਲ ਜੁਆਇੰਟ। ਔਰ ਉਹਦੇ ਵਿੱਚ ਫਿਰ ਸਾਨੂੰ ਅੱਖ ਦਾ ਵੀ ਚੈੱਕ ਕਰਨਾ ਪੈਂਦਾ, ਕਿਉਂਕਿ ਜਿਹੜਾ ਆਇਰਿਸ ਹੈਗਾ ਉਹਦੇ ਵਿੱਚ ਵੀ ਇਨਫਲਮੇਸ਼ਨ ਹੋ ਸਕਦੀ ਆ, ਅਗਰ ਜੁਆਇੰਟ ਦੇ ਵਿੱਚ ਇਨਫਲਮੇਸ਼ਨ ਹੋ ਸਕਦੀ ਆ। ਅੱਛਾ ਜੀ। ਹਾਰਟ ਦੇ ਬਾਹਰ ਕਵਰਿੰਗ ਹੈ ਜਿਹੜੀ ਪੈਰੀਕਾਰਡੀਅਮ, ਉਹਦੇ 'ਚ ਵੀ ਇਨਫਲਮੇਸ਼ਨ ਹੋ ਸਕਦੀ ਹੈ, ਕਿਉਂਕਿ ਪੂਰੀ ਬਾਡੀ 'ਚ ਇਨਫਲਮੇਸ਼ਨ ਹੋ ਰਹੀ ਆ ਆਟੋਇਮਿਊਨ ਪ੍ਰੋਸੈਸ ਕਰਕੇ। ਹੁਣ ਆਪਾਂ ਪ੍ਰੋਗਰਾਮ ਕੀਤਾ ਸੀ ਬਾਇਓਲੋਜਿਕਸ, ਜਿਹੜੇ ਬੜੇ ਮਹਿੰਗੇ ਟੀਕੇ, ਬੜਾ ਮੁਕੰਮਲ ਹੋਇਆ, ਬਹੁਤ ਕਾਲਸ ਆਈਆਂ ਮੈਨੂੰ, 4 ਦਿਨ ਤਾਂ ਮੇਰੇ ਫੋਨ 'ਤੇ ਲੱਗ ਗਏ ਉਸ ਤੋਂ, ਬਹੁਤ ਮਹਿੰਗੀਆਂ ਦਵਾਈਆਂ ਨਾ। ਹੁਣ ਜਿਹੜੀਆਂ ਉਹ ਡਿਜ਼ੀਜ਼ ਹੈਗੀਆਂ, ਖਾਸ ਕਰਕੇ ਸੋਰਾਇਸਿਸ, ਲਿਊਪਸ, ਅਤੇ ਉਹਦੇ ਵਿੱਚ ਵੀ ਅਸੀਂ ਆਰਥਰਾਈਟਿਸ ਦੇਖਦੇ ਹਾਂ। ਸੋਰਾਇਸਿਸ ਜਿਹਨੂੰ ਹੈਗਾ, ਉਹਦੇ ਵਿੱਚ 30% ਚਾਂਸ ਹੈ ਵੀ ਉਸ ਵਿਅਕਤੀ ਨੂੰ ਆਰਥਰਾਈਟਿਸ ਹੋਊਗਾ ਕਦੀ ਨਾ ਕਦੀ ਫਿਊਚਰ 'ਚ ਜਾ ਕੇ, ਕਿਉਂਕਿ ਆਟੋਇਮਿਊਨ ਆ, ਉਹਦੇ ਜੋੜਾਂ ਨੂੰ ਵੀ ਇਫੈਕਟ ਕਰੂਗੀ। ਔਰ ਲਿਊਪਸ 'ਚ ਕਰੀਬਨ 25% ਲਿਊਪਸ ਦੇ ਜਿਹੜੇ ਸ਼ਿਕਾਰ, ਔਰ ਬਹੁਤਾ ਕਰਕੇ ਲਿਊਪਸ 9 ਟਾਈਮਸ ਜ਼ਿਆਦਾ ਔਰਤਾਂ 'ਚ ਹੁੰਦਾ। ਜਿਹੜੀ ਵੇਅਰ ਐਂਡ ਟੇਅਰ ਆਰਥਰਾਈਟਿਸ ਆ, ਇਹ ਸੇਮ ਹੀ ਆਪਾਂ ਦੇਖਦੇ ਹਾਂ, ਬੰਦਿਆਂ 'ਚ ਥੋੜ੍ਹੀ ਜ਼ਿਆਦਾ ਦੇਖਾਂਗੇ, ਬਟ 50 ਸਾਲ ਤੋਂ ਬਾਅਦ ਇਹਦਾ ਲੈਵਲ ਆਲਮੋਸਟ ਸੇਮ ਹੋ ਜਾਂਦਾ। ਇਮਿਊਨ ਸਿਸਟਮ ਦੀ ਡਿਜ਼ੀਜ਼ ਨਹੀਂ, ਜਿਹੜੀ ਵੇਅਰ ਐਂਡ ਟੇਅਰ ਆ, ਇਹ ਤਾਂ ਮਤਲਬ ਤੁਹਾਡੀ ਕਾਰਟਿਲੇਜ ਜਿਹੜੇ ਹੈਗੇ ਘਸ ਗਏ, ਇਹ ਤਾਂ ਮਤਲਬ ਇਮਿਊਨ ਸਿਸਟਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਪਰ ਸਾਰਿਆਂ ਦੇ ਨਹੀਂ ਘਸ? ਹਾਂਜੀ, ਉਹਦੇ ਵਿੱਚ 2-3 ਫੈਕਟਰ ਇਨਵੋਲਵਡ ਹੈਗੇ। ਹੁਣ ਦੇਖੋ, ਬਾਬਾ ਫੌਜਾ ਸਿੰਘ ਆ, ਉਹ ਦੌੜ ਵੀ ਲੈਂਦੇ, 100 ਸਾਲ ਤੋਂ ਵਡੇਰੀ ਉਮਰ ਹੈ, ਕੋਈ ਆਰਥਰਾਈਟਿਸ ਨਹੀਂ, ਮਸਲ ਉਹਨਾਂ ਦੇ ਸਟਰੋਂਗ ਹੈਗੇ ਆ, ਹੈ ਨਾ। ਮਿਲਖਾ ਸਿੰਘ, ਮਿਲਖਾ ਸਿੰਘ ਵੀ ਕਾਫੀ ਉਮਰ ਹੋ ਗਈ ਉਹਨਾਂ ਦੀ, ਮੈਂ ਉਹਨਾਂ ਨੂੰ ਚੱਕਿਆ ਹੋਇਆ ਸੀ ਗ੍ਰਹਿਣਤਾ ਜਦੋਂ ਆਏ ਸੀ 2 ਸਾਲ ਪਹਿਲਾਂ, ਕਹਿੰਦੇ ਵੀ ਮੇਰੀ ਹੱਡੀਆਂ ਨਾ ਕਰੈਕ ਕਰਦੀ, ਪਸਲੀਆਂ ਮੇਰੀਆਂ ਕਮਜ਼ੋਰ ਆ, ਪੱਟ ਮੇਰੇ ਮਜ਼ਬੂਤ ਆ, ਮੈਂ ਕਿਹਾ ਕੋਈ ਨਹੀਂ। ਸੋ ਇਹ ਕਿਉਂ ਹੁੰਦਾ? ਕਿਉਂਕਿ ਉਹਨਾਂ ਨੇ ਵੇਟ ਆਪਣਾ ਮੇਨਟੇਨ ਬਹੁਤ ਰੱਖਿਆ। ਜਦੋਂ ਮੈਂ ਗੱਲ ਕੀਤੀ ਸੀ ਵੀ ਟਰੱਕ ਆ, ਉਹਦੇ ਟਾਇਰ ਵਧੀਆ, ਉੱਤੇ ਲੋਡ ਕੋਈ ਨਹੀਂ ਆ, ਤਾਂ ਉਹ ਟਾਇਰ ਨਹੀਂ ਘਸਣੇ। ਸੋ ਉਹ ਜਿਹੜਾ ਵੇਅਰ ਐਂਡ ਟੀਅਰ ਹੁੰਦਾ, ਸਾਡੇ ਵੇਟ ਕਰਕੇ ਹੁੰਦਾ, ਔਰ ਚਿੱਟੀਆਂ ਚੀਜ਼ਾਂ ਖਾਣ ਕਰਕੇ ਹੁੰਦਾ, ਸ਼ੂਗਰ, ਬਹੁਤਾ ਲੂਣ, ਚਿੱਟਾ ਬ੍ਰੈਡ, ਚਿੱਟੇ ਆਟੇ ਦੀ ਰੋਟੀ, ਸੋ ਪਾਸਤਾ, ਪੀਜ਼ਾ, ਚੀਜ਼, ਡੇਅਰੀ ਪ੍ਰੋਡਕਟ। ਸੋ ਆਪਾਂ ਚਿੱਟੀਆਂ ਚੀਜ਼ਾਂ ਡਾਇਟ 'ਚ ਕੱਢੀਏ, ਅਤੇ ਕਲਰ ਰੰਗਦਾਰ ਚੀਜ਼ਾਂ ਜਿਹੜੀ ਹੈਲਥ ਕੈਨੇਡਾ ਲੈ ਕੇ ਆਉਂਦੀ, ਪਾਣੀ ਦਾ ਸੇਵਨ ਜ਼ਿਆਦਾ ਕਰੀਏ। ਜੈਨੇਟਿਕਸ ਵੀ ਇਨਵੋਲਵ ਹੁੰਦੀ ਆ, ਕਈ ਵਾਰ ਆਪਾਂ ਦੇਖਦੇ ਹਾਂ ਕਈ ਫੈਮਿਲੀ 'ਚ 30-40 ਸਾਲ ਦੀ ਉਮਰ 'ਚ ਆਸਟੀਓਆਰਥਰਾਈਟਿਸ ਸ਼ੁਰੂ ਹੋ ਜਾਂਦੀ ਹੈ, ਬਟ ਆਪਾਂ ਦੇਖੀਏ ਉਹਨਾਂ ਦੇ ਦੋਵੇਂ ਪਾਸੇ ਬਹੁਤ ਅਰਲੀ ਏਜ 'ਚ ਆਰਥਰਾਈਟਿਸ ਹੁੰਦੀ ਫੈਮਿਲੀ 'ਚ। ਇੱਕ ਤਾਂ ਤੁਸੀਂ ਦੱਸਿਆ ਵੀ ਆਰਥਰਾਈਟਿਸ, ਜੀ ਇੱਕ ਹੁਣ ਤੁਸੀਂ ਨਾਂ ਲਿਆ ਆਸਟੀਓਆਰਥਰਾਈਟਿਸ। ਆਰਥੀਓਆਰਥਰਾਈਟਿਸ ਹੈਗੀ ਵੇਅਰ ਐਂਡ ਟੀਅਰ, ਜਿਹੜੀ ਏਜ ਦੇ ਨਾਲ ਹੋਣੀ ਆ, ਗੋਡੇ ਕੋਈ ਕੁਝ ਨਹੀਂ ਕਰ ਸਕਦੇ, ਨਹੀਂ ਇਹ ਤਾਂ ਮਤਲਬ ਵੇਅਰ ਐਂਡ ਟੀਅਰ ਹੋ ਗਈ। ਇੱਕ ਜਿਹੜਾ ਆਰਥਰਾਈਟਿਸ, ਉਹਦਾ ਇਲਾਜ ਹੈ? ਦੇਖੋ, ਸਾਰੇ ਆਰਥਰਾਈਟਿਸ ਦਾ ਇਲਾਜ ਹੈਗਾ, ਜਿਵੇਂ ਵੇਅਰ ਐਂਡ ਟੀਅਰ ਦਾ ਜਿਹੜਾ ਆਪਾਂ ਕਹਿੰਦੇ ਹਾਂ ਵੀ ਹੋ ਗਿਆ, ਉਹਦੇ 2-3 ਗੱਲਾਂ ਆਉਂਦੀਆਂ। ਪਹਿਲੀਆਂ ਤਾਂ ਉਹਨਾਂ ਨੂੰ ਦਰਦ ਹੁੰਦਾ, ਸੋ ਫਿਰ ਵੀ ਅਸੀਂ ਕਹਿੰਦੇ ਹਾਂ ਤੁਸੀਂ ਤੁਰੋ, ਉਹ ਅਸੀਂ ਫਿਰ ਐਕਸਰਸਾਈਜ਼ ਇੱਦਾਂ ਦੀ ਉਹਨਾਂ ਦੇ ਲਈ ਡਿਵੈਲਪ ਕਰਦੇ ਹਾਂ ਵੀ ਉਹਨਾਂ ਦੀ ਜਿਹੜੀ ਪੱਟ ਦੀ ਹੱਡੀ ਮਸਲਸ ਆ, ਕੁਆਡ੍ਰੀਸੈਪਸ, ਉਹ ਸਟਰੋਂਗ ਕਰੀਏ, ਵੀ ਉਹਨਾਂ ਦਾ ਲੋਡ ਜਿਹੜਾ ਗੋਡੇ ਤੋਂ ਘੱਟ ਕੇ ਪੱਟ ਦੀ ਮਸਲਸ 'ਤੇ ਜਾਵੇ, ਤਾਂ ਕਿ ਉਹਦੀ ਮੋਬਿਲਿਟੀ, ਕਿਉਂਕਿ ਗੱਲ ਤਾਂ ਮੋਬਿਲਿਟੀ ਦੀ ਹੈਗੀ ਨਾ। ਅਗਰ ਆਪਾਂ ਮੋਬਾਈਲ ਨਹੀਂ ਹੋਏ, ਸਾਨੂੰ ਵਾਕਰ ਲੈਣਾ ਪਊਗਾ, ਵੀਲਚੇਅਰ 'ਚ ਬਹਿਣਾ ਪਊਗਾ, ਹੈ ਨਾ, ਵੀ ਕੁਆਲਿਟੀ ਆਫ ਲਾਈਫ ਜਿਹੜੀ ਹੈਗੀ ਉਹ ਅਫੈਕਟਿਡ ਹੋ ਗਈ। ਦੂਜਾ, ਜਿਹੜੇ ਨੋਨ ਸਟੀਰੋਇਡਲ ਐਂਟੀ ਇਨਫਲਮੇਟਰੀ ਹੈਗੇ ਆ, ਜਿਹਦੇ ਵਿੱਚ ਆਈਬੂਪ੍ਰੋਫਿਨ ਹੁੰਦਾ, ਨੈਪਰੋਸਿਨ ਵੀ ਹੁਣ ਓਵਰ ਦਾ ਕਾਊਂਟਰ ਹੈ, ਅਲੀਵ ALEV, ਅਤੇ ਸੈਲੀਬ੍ਰੈਕਸ ਜਾਂ ਕੋਕਸ ਇਨਹਿਬਿਟਰ, ਇਹ ਹੁੰਦੇ ਆ। ਕਈ ਵਾਰ ਅਸੀਂ ਗੋਡੇ ਦੇ ਵਿੱਚ ਸਟੀਰੋਇਡ ਦੇ ਇੰਜੈਕਸ਼ਨ ਲਾਉਂਦੇ ਹਾਂ, ਸੋ 6 ਮਹੀਨੇ ਤੱਕ ਫਿਰ ਉਹਨਾਂ ਨੂੰ ਦਰਦ ਨਹੀਂ ਹੁੰਦੀ, ਸੋਜ ਨਹੀਂ ਹੁੰਦੀ, ਹੱਸਦੇ ਖੇਡਦੇ ਦੌੜਦੇ ਹਾਂ। ਕਈ ਵਾਰ ਉਹ ਸਾਰਾ ਕੁਛ ਨਹੀਂ ਹੁੰਦਾ, ਤਾਂ ਫਿਰ ਨਵਾਂ ਗੋਡਾ ਪਾਉਣਾ ਪੈਂਦਾ, ਜਿਹਨੂੰ ਆਪਾਂ ਨੀ ਟ੍ਰਾਂਸਪਲਾਂਟ ਕਹਿੰਦੇ ਹਾਂ। ਹੁਣ ਨੀ ਟ੍ਰਾਂਸਪਲਾਂਟ 'ਚ ਗਵਰਮੈਂਟ ਔਫ BC ਦੇਖੋ ਪਰ ਟ੍ਰਾਂਸਪਲਾਂਟ 10,000 ਤੋਂ ਜ਼ਿਆਦਾ ਖਰਚਾ, ਲੇਕਿਨ ਕਰਦੀ ਆ। ਮੈਂ ਸਰਵੇਖਣ ਕਰ ਰਿਹਾ ਸੀ ਵੀ ਕੈਨੇਡਾ ਦੇ ਵਿੱਚ ਨੀ ਟ੍ਰਾਂਸਪਲਾਂਟੇਸ਼ਨ 'ਚ ਸਾਡੀ ਦਰ ਕਿੰਨੀ ਹੈ, ਹੈ ਨਾ। ਵੇਟਿੰਗ ਟਾਈਮ ਜਿਹੜਾ ਹੈਗਾ ਸਾਡਾ 6 ਮਹੀਨੇ ਦੇ ਉੱਤੇ ਆ, ਲੇਕਿਨ ਜਿਹੜੇ ਗਾਈਡਲਾਈਨਸ ਦਿੱਤੇ ਜਾ ਰਹੇ ਉਹ ਹੈਗੇ ਵੀ 20 ਹਫ਼ਤੇ ਤੋਂ ਪਹਿਲੋਂ ਇਹ ਕਰ ਦੇਣਾ ਚਾਹੀਦਾ। ਸੋ ਗਵਰਨਮੈਂਟ ਔਫ ਬ੍ਰਿਟਿਸ਼ ਕੋਲੰਬੀਆ, ਮਾਨਯੋਗ ਸਾਡੇ ਪ੍ਰੀਮੀਅਰ ਸਾਹਿਬ ਜੌਨ ਹੋਰਗਨ, ਉਹਨਾਂ ਨੇ 1-1.5 ਸਾਲ ਪਹਿਲੋਂ ਕਿਹਾ ਸੀ ਵੀ 10 ਸਰਜਰੀਆਂ ਪਰ ਡੇ ਵਧਾਈਆਂ ਜਾਣ। ਸੋ ਇਸ ਵੇਲੇ 40 ਦੀ ਜਗ੍ਹਾ 50 ਸਰਜਰੀਆਂ ਹੋ ਰਹੀਆਂ, ਲੇਕਿਨ ਅਜੇ ਵੀ ਕੈਚਅਪ ਕਰਨ ਦੇ ਲਈ ਕਾਫੀ ਟਾਈਮ ਲੱਗਦਾ, ਕਿਉਂਕਿ ਸਾਡੀ ਇਮੀਗ੍ਰੇਸ਼ਨ ਬਹੁਤ ਜ਼ਿਆਦਾ ਇਨਫਲਕਸ਼ ਹੁੰਦੀ ਆ। ਸੋ ਨੀ ਟ੍ਰਾਂਸਪਲਾਂਟੇਸ਼ਨ ਦੇ ਨਾਲ ਜਾਂ ਨਵਾਂ ਗੋਡਾ ਪਾਉਣ ਦੇ ਨਾਲ 90% ਤੱਕ ਤੁਹਾਡੇ ਜਿਹੜੇ ਸਿਮਟਮਸ ਆ ਉਹ ਹਟ ਜਾਂਦੇ ਆ, ਔਰ 20 ਸਾਲ ਤੱਕ ਇਹਦੀ ਬੁਨਿਆਦ ਹੁੰਦੀ। ਹੁਣ ਦੇਖੋ, ਕਿਸੇ ਨੇ 60-65 'ਚ ਗੋਡਾ ਪਾਇਆ, ਅਤੇ ਫਿਰ 20 ਸਾਲ ਤੱਕ ਤਾਂ ਮਤਲਬ ਬੰਦਾ ਉੱਦਾਂ ਹੀ ਫਾਇਰ ਰਿਵਰ ਤੱਕ ਚਲਾ ਜਾਂਦਾ। ਸੋ ਕਈ ਵਾਰ ਉਹਨੂੰ ਰਿਵੀਜ਼ਨ ਦੀ ਲੋੜ ਪੈਂਦੀ ਆ, ਕਈ ਵਾਰ ਨਹੀਂ ਪੈਂਦੀ। ਅੱਛਾ, ਇਹ ਦੱਸੋ ਵੀ ਜਿਹੜੀ ਆਰਥਰਾਈਟਿਸ ਦੀ ਆਸਟੀਓਆਰਥਰਾਈਟਿਸ ਨੂੰ ਛੱਡੋ,
ਤੁਸੀਂ ਦੱਸ ਰਹੇ ਸੀ ਰੋਮੈਟੋਇਡ ਆਰਥਰਾਈਟਿਸ, ਰੋਮੈਟੋਇਡ ਆਰਥਰਾਈਟਿਸ ਆ ਜਿਹੜੇ ਇਹ ਜੀ ਜੀ, ਇਹਨਾਂ ਨੂੰ ਜਿਹੜੀਆਂ ਬਾਇਓਲੋਜਿਕਸ ਨੇ ਉਹ ਠੀਕ ਕਰ ਦਿੰਦੀਆਂ ਨੇ ਜਾਂ ਕਿ ਸਿਮਟਮ ਕੰਟਰੋਲ ਕਰਦੀਆਂ? ਦੋ ਗੱਲਾਂ, ਜਿਹੜੇ ਰੋਮੈਟੋਇਡ ਆਰਥਰਾਈਟਿਸ ਆ, ਸੋਰਾਇਟਿਕ ਆਰਥਰਾਈਟਿਸ ਆ, ਲੂਪਸ ਦੀ ਆਰਥਰਾਈਟਿਸ ਆ, ਇਹਨਾਂ ਨੂੰ ਠੀਕ ਕਰ ਦਿੰਦੇ ਆ, ਠੀਕ ਕਰ ਦਿੰਦੇ, ਕਿਉਂਕਿ ਤੁਹਾਡਾ ਇਮਿਊਨ ਸਿਸਟਮ ਜਿਹੜਾ ਹੈਗਾ ਟੀਕੇ ਦੇ ਨਾਲ ਦਰੁਸਤ ਹੋ ਰਿਹਾ ਨਾ। ਬਾਇਓਲੋਜਿਕਸ ਜਿਹੜੇ ਹੈਗੇ ਆ, ਜਿਹੜੇ ਨੈਕਰੋਟਿਕ ਫੈਕਟਰਸ ਆ, ਜਿਹੜੇ ਬਾਡੀ ਦੇ ਵਿੱਚ ਇਨਫਲਮੇਸ਼ਨ ਐਂਟੀਬੋਡੀਜ਼ ਕਰ ਰਹੀਆਂ, ਉਹਨਾਂ ਨੂੰ ਹਟਾ ਰਹੇ ਆ। ਅੱਛਾ, $20,000 ਦੀ ਇਹ ਟੀਕਾ, ਹਾਂਜੀ, 12,000 ਜਾਂ 20,000 ਦਾ, ਹਾਂਜੀ, ਇਹ ਠੀਕ ਕਰ ਦਿੰਦਾ ਆਰਥਰਾਈਟਿਸ ਨੂੰ? ਪਰ ਮੈਂ ਸੁਣਿਆ, ਮੈਂ ਪੜ੍ਹਿਆ ਕਿਤੇ ਵੀ ਉਹ ਆਰਥਰਾਈਟਿਸ ਨੂੰ ਤਾਂ ਠੀਕ ਕਰ ਦਿੰਦਾ ਲੇਕਿਨ ਟੀਬੀ ਹੋ ਜਾਂਦੀ ਹੈ। ਦੇਖੋ ਗੱਲ ਇੱਦਾਂ ਨਾ, ਜਿਹੜਾ ਇਮਿਊਨ ਸਿਸਟਮ ਹੈਗਾ ਉਹ ਉਹਦੇ ਉੱਤੇ ਅਸਰ ਕਰੂਗਾ ਟੀਕਾ। ਇਮਿਊਨ ਸਿਸਟਮ ਨੂੰ ਉਹ ਕੂਲ ਡਾਊਨ ਕਰਦਾ, ਕਿਉਂਕਿ ਇਮਿਊਨ ਸਿਸਟਮ ਹਾਵੀ ਹੋ ਰਿਹਾ, ਅਗਰੈਸਿਵ ਹੈ, ਅਗਰੈਸਿਵ ਹੈ। ਇਮਿਊਨ ਸਿਸਟਮ ਨੂੰ ਅੰਗਾਰ ਲੱਗਾ ਵੀ ਅੱਗ ਲੱਗੀ ਹੈ, ਅਤੇ ਉਹਦੇ 'ਤੇ ਪਾਣੀ ਪਾ ਕੇ ਉਹਨੂੰ ਬੁਝਾਉਂਦੇ, ਜਿੱਦਾਂ ਹੁਣ ਆਸਟ੍ਰੇਲੀਆ 'ਚ ਅੱਗਾਂ ਲੱਗੀਆਂ, 500 ਬਿਲੀਅਨ ਜਾਨਵਰ ਮਰ ਗਏ ਹੈ ਨਾ, ਮੀਂਹ ਪੈ ਗਿਆ ਕੁਛ ਦਿਨ ਪਹਿਲਾਂ, ਰੱਬ ਦਾ ਸ਼ੁਕਰ। ਕੂਲ ਡਾਊਨ ਕਰਦਾ, ਕਿਉਂ ਕੂਲ ਡਾਊਨ ਕਰਦਾ? ਕਿਉਂਕਿ ਇਮਿਊਨ ਸਿਸਟਮ ਦੇ ਉੱਤੇ ਅਸਰ ਕਰਕੇ ਉਹਨੂੰ ਕੂਲ ਡਾਊਨ ਕਰਨ ਦੀ ਕੋਸ਼ਿਸ਼ ਕਰਦਾ। ਸੋ ਜਦੋਂ ਇਮਿਊਨ ਸਿਸਟਮ ਲੋਅ ਹੋਇਆ, ਔਰ ਜਿਹਦੇ ਵਿਅਕਤੀ ਦੇ ਵਿੱਚ ਟੀਬੀ ਦਾ ਬੈਕਟੀਰੀਆ ਬੈਠਾ ਲੁੱਕ ਕੇ, ਔਰ ਉਹਦੀ ਇਮਿਊਨ ਸਿਸਟਮ ਨੇ ਉਹਨੂੰ ਇੱਕ ਪਿੰਜਰੇ 'ਚ ਪਾ ਕੇ ਰੱਖਿਆ ਸੀ, ਜਿੱਦਾਂ ਕੈਦੀ ਸੀ, ਉਹ ਕੈਦੀ ਦਾ ਪਿੰਜਰੇ ਦਾ ਜਦੋਂ ਦਰਵਾਜ਼ਾ ਖੁੱਲ੍ਹ ਜਾਂਦਾ, ਫਿਰ ਕੈਦੀ ਦੌੜ ਜਾਂਦੇ, ਕੈਦੀ ਉੱਦਾਂ ਵੀ ਤਾਂ ਦਰਵਾਜ਼ਾ ਤੋੜ ਕੇ ਦੌੜ ਜਾਂਦਾ ਜਾਂ ਸੁਰੰਗਾਂ ਕਰਕੇ ਦੌੜ ਜਾਂਦੇ ਆ, ਸੋ ਉਹਨੂੰ ਈਜ਼ੀ ਐਕਸੈਸ ਹੋ ਜਾਂਦਾ। ਹੁਣ ਆਪਾਂ ਜਿਹੜੇ ਵੀ ਇੰਡੀਆ ਜਾਂ ਅਫਰੀਕਾ, ਬੰਗਲਾਦੇਸ਼, ਪਾਕਿਸਤਾਨ 'ਚ ਜਨਮੇ ਆ, ਸਾਡਾ ਕਦੀ ਨਾ ਕਦੀ ਤਾਂ ਟੀਬੀ ਬੈਕਟੀਰੀਆ ਦੇ ਨਾਲ ਵਾਹ ਪਿਆ, ਟੀਬੀ ਤੋਂ ਮੁਕਤੀ ਹੋਵੇ, ਲੇਕਿਨ ਉਹ 100% ਇਫੈਕਟਿਵ ਨਹੀਂ ਹੈ, ਫਿਰ ਵੀ ਤੁਹਾਨੂੰ ਟੀਬੀ ਹੋ ਸਕਦੀ ਹੈ। ਔਰ ਅਸੀਂ ਹੈਲਥ ਕੇਅਰ ਪ੍ਰੋਫੈਸ਼ਨਲ, ਸਾਨੂੰ 6 ਮਹੀਨੇ ਦੇ ਟੀਬੀ ਸੈਂਟਰ 'ਚ ਟ੍ਰੇਨਿੰਗ ਜਾਣਾ ਪੈਂਦਾ ਸੀ ਬੋਂਬੇ, ਉਹ ਧਰਾਵੀ ਜਿੱਥੇ ਜੌਨ ਲਿਵਰ ਜਿਹੜਾ ਕਮੇਡੀਅਨ ਪੈਦਾ ਹੋਇਆ, ਬਹੁਤ ਸਲਮ ਏਰੀਆ, ਉੱਥੇ ਜਾ ਕੇ 6 ਮਹੀਨੇ ਦੇ ਸਾਨੂੰ ਅਟੈਂਡ ਕਰਨੀ ਪੈਂਦੀ ਸੀ। ਟੀਬੀ ਦੀ ਕਲੀਨਿਕ ਆ ਉਹਦੇ ਵਿੱਚ, ਬਹੁਤ ਵੱਡੀ ਸੈਂਟਰ। ਸੋ ਕਿਉਂਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਵੀ ਵਿਅਕਤੀ ਰਹਿੰਦਾ ਉਹਦਾ ਕਦੀ ਨਾ ਕਦੀ ਮਾਈਕੋ ਬੈਕਟੀਰੀਅਮ ਟਿਊਬਰਕਲੋਸਿਸ ਦੇ ਨਾਲ ਵਿਆਹ ਪੈਂਦਾ, ਜਦੋਂ ਪਹਿਲੀ ਵਾਰ ਜਦੋਂ ਬੈਕਟੀਰੀਆ ਅੰਦਰ ਜਾਂਦਾ ਤਾਂ ਫੇਫੜਿਆਂ ਰਾਹੀਂ ਜਾਂਦਾ, ਅਤੇ ਉੱਥੇ ਸਾਡਾ ਇਮਿਊਨ ਸਿਸਟਮ ਉਹਨੂੰ ਲੌਕ ਕਰਨ ਦੀ ਪੂਰੀ ਕੋਸ਼ਿਸ਼ ਕਰ ਦਿੰਦਾ, ਔਰ ਬਹੁਤਾ ਕਰਕੇ ਲੌਕ ਰਹਿੰਦਾ। ਉਹਨੂੰ ਕਹਿੰਦੇ ਗੋਨ ਕੰਪਲੈਕਸ, GHON। ਫਿਰ ਜਦੋਂ ਇਮਿਊਨ ਸਿਸਟਮ ਵੀਕ ਹੁੰਦਾ ਉਹ ਫੈਲਦਾ, ਔਰ ਫਿਰ ਕਿੱਥੇ ਵੀ ਫੈਲ ਸਕਦਾ, ਪੂਰੀ ਬੋਡੀ 'ਚ, ਬ੍ਰੇਨ ਤੋਂ, ਹੱਡੀਆਂ ਤੋਂ, ਗੋਡੇ, ਐਨੀਵੇਅਰ। ਸੋ ਜਿਹੜਾ ਟੀਬੀ ਆ, ਔਰ ਜਿਹੜਾ ਸਿਫਲਿਸ ਆ, ਜਿਹੜਾ ਸੈਕਸ਼ੂਅਲੀ ਟਰਾਂਸ, ਇਹ ਕੋਈ ਵੀ ਚੀਜ਼ ਨੂੰ ਮਿਮਿਕ ਕਰ ਸਕਦਾ, ਕਿੱਥੇ ਵੀ ਫੈਲ ਸਕਦਾ। ਔਰ ਬਚਾਓ, ਦੇਖੋ ਟੀਬੀ ਦਾ ਇਲਾਜ ਤਾਂ ਹੈਗਾ, 100% ਹੈਗਾ, ਉਹਦੇ ਪ੍ਰੋਟੋਕੋਲ ਹੁੰਦੇ, INH ਹੈਗਾ, ਰਿਫਾਮਪਸਿਨ ਹੈਗਾ, ਇਥਮਬਿਟੋਲ, ਦਵਾਈਆਂ ਦੇਣੀਆਂ ਪੈਂਦੀਆਂ। ਔਰ ਮਦਰਾਸ ਦੇ ਜਿਹੜੇ ਪ੍ਰੋਟੋਕੋਲ ਹੈਗੇ, ਜਿਹੜੇ ਬਣ ਰਹੇ ਆ, ਉਹ ਪੂਰੇ ਵਰਲਡ ਨੂੰ ਟੀਬੀ ਦੀ ਜਿਹੜੀ ਹੈਗੀ ਆ ਪ੍ਰੋਟੋਕੋਲ ਅਸੀਂ ਦਿੰਦੇ ਹਾਂ। ਸੋ ਬਾਇਓਲੋਜਿਕਸ ਜਿਹੜੀਆਂ ਆਰਥਰਾਈਟਿਸ ਦੀ ਦਵਾਈ ਆ, ਇਹ ਇਮਿਊਨ ਸਿਸਟਮ ਨੂੰ ਡਿਕਰੀਜ਼ ਕਰਦੀ ਹੈ, ਅਤੇ ਦੂਜੇ ਤੌਰ 'ਤੇ ਟੀਬੀ ਹੋ ਸਕਦੀ ਹੈ ਜਿਹੜੇ ਐਕਸਪੋਜ਼ ਆ। ਹੁਣ ਜਿਹੜਾ ਬੱਚਾ ਇੱਥੇ ਜੰਮਿਆ ਪਲਿਆ ਕਦੀ ਐਕਸਪੋਜ਼ ਨਹੀਂ ਹੋਇਆ ਕੈਨੇਡਾ ਦੇ ਵਿੱਚ, ਹੈ ਨਾ, ਉਹਨੂੰ ਕਿੱਦੋਂ ਟੀਬੀ ਹੋ ਜੂਗੀ, ਹੈ ਨਾ। ਸੋ ਅਸੀਂ ਤਾਂ ਮਤਲਬ ਉੱਥੋਂ ਇਮੀਗ੍ਰੈਂਟ ਆਏ, ਸਾਡਾ ਕਦੀ ਨਾ ਕਦੀ ਟੀਬੀ ਦੇ ਨਾਲ ਵਿਆਹ ਪਿਆ ਹੋਣਾ। ਇਸੇ ਤੁਸੀਂ ਦੇਖੋ ਹੋਸਪਿਟਲ 'ਚ ਵੀ ਕਈ ਵਾਰ ਬੁਖਾਰ ਚੜ੍ਹਦੇ ਆ, ਬੰਦਾ ਜਾਂਦਾ ਕੋਈ ਹੋਰ ਰੀਜ਼ਨ ਵਾਸਤੇ, ਡਾਇਗਨੋਸਿਸ ਹੋਇਆ ਟੀਬੀ ਹੋ ਕੇ ਬਾਹਰ ਆਉਂਦਾ, ਹੈ ਨਾ, ਕਿਉਂਕਿ ਅਸੀਂ ਐਕਸਪੋਜ਼ ਹੈਗੇ ਟੀਬੀ ਨੂੰ। ਡਾਕਟਰ, ਤੁਸੀਂ ਦੱਸ ਰਹੇ ਸੀ ਵੀ ਜਿਹੜੇ ਬਾਇਓਲੋਜਿਕਸ ਨੇ ਉਹ ਇਲਾਜ ਤਾਂ ਕਰ ਦਿੰਦੇ ਨੇ, ਪਰ ਜੇ ਟੀਬੀ ਦੇ ਲੇਟੈਂਟ ਜਰਮ ਬੈਠੇ ਨੇ, ਹਾਂਜੀ, ਤਾਂ ਉਹ ਉੱਠ ਸਕਦੇ ਹਨ। ਹਾਂਜੀ, ਉਹ ਉਹਨਾਂ ਦੇ ਵਿੱਚ ਜਿੰਨਾਂ 'ਤੇ ਹੈਗੇ ਆ, ਬਟ ਸਾਡੇ ਇੱਥੇ ਦੇ ਜੰਮੇ ਪਲੇ ਬੱਚੇ ਆ, ਅਸੀਂ ਕੋਈ ਟੀਕਾ ਵੀ ਨਹੀਂ ਲਾਉਂਦੇ, ਕਿਉਂਕਿ ਕੈਨੇਡਾ 'ਚ ਟੀਬੀ ਨਹੀਂ ਹੈਗੀ। ਜਿਹੜੀ ਟੀਬੀ ਆ ਰਹੀ ਹੈ ਇਮੀਗ੍ਰੈਂਟ ਪਾਪੂਲੇਸ਼ਨ ਤੋਂ ਹੀ ਆ ਰਹੀ ਹੈ, ਔਰ ਉਹਦਾ ਇਲਾਜ ਵੀ ਹੈਗਾ, ਦਰੁਸਤ ਇਲਾਜ ਹੈਗਾ। ਔਰ ਸਰਜਰੀ ਤੁਸੀਂ ਦੱਸਿਆ ਵੀ ਇੱਕ ਹੋਰ ਇਹਦਾ, ਹਾਂਜੀ, ਜਿਹੜਾ ਨੀ ਰਿਪਲੇਸਮੈਂਟ ਹੈਗੀ ਆ ਜਾਂ ਹਿਪ ਰਿਪਲੇਸਮੈਂਟ, ਉਹਦੀ ਵੇਟਿੰਗ ਟਾਈਮ ਤਾਂ ਕਾਫੀ ਆ, ਲੇਕਿਨ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਜਦੋਂ ਆਪਾਂ ਸਰਜਰੀ ਕਰਦੇ ਹਾਂ ਅਤੇ ਜਿਹੜੇ ਟਾਈਟੇਨੀਅਮ ਦੇ ਆ ਅਤੇ ਕਰੋਮੀਅਮ ਮਟੀਰੀਅਲ ਦੇ ਹੁੰਦੇ ਆ ਉਹ ਇੰਪਲਾਂਟ, ਇਹਨਾਂ ਦੀ ਮਿਆਦ 20 ਸਾਲ ਤੱਕ ਹੁੰਦੀ ਆ। ਕੁਛ ਇੱਕ ਵਿਅਕਤੀਆਂ ਦੇ ਵਿੱਚ ਰਿਵੀਜ਼ਨ ਦੀ ਲੋੜ ਪੈਂਦੀ ਆ, ਅਗਰ ਉਹ ਢਿੱਲੇ ਹੋ ਜਾਣ ਜਾਂ ਉਹਨਾਂ ਦਾ ਬੋਡੀ ਦੇ ਵਿੱਚ ਪੇਨ ਜਿਹੜੀ ਹੈਗੀ ਨਾ ਜਾਵੇ। ਲੇਕਿਨ ਮੈਂ ਦੱਸਿਆ ਸੀ 90% ਤੋਂ ਜ਼ਿਆਦਾ ਲੋਕ ਹੈਪੀ ਹੈਗੇ ਆ ਜਦੋਂ ਉਹਨਾਂ ਦੀ ਸਰਜਰੀ ਹੁੰਦੀ ਆ, ਵੀ ਉਹਨਾਂ ਦੀ ਕੁਆਲਿਟੀ ਆਫ ਲਾਈਫ, ਉਹਨਾਂ ਨੂੰ ਪੇਨ ਨਹੀਂ ਹੁੰਦਾ, ਉਹ ਤੁਰ ਫਿਰ ਸਕਦੇ ਆ, ਪੌੜੀਆਂ ਉੱਪਰ ਥੱਲੇ ਜਾ ਸਕਦੇ ਆ, ਮੋਬਿਲਿਟੀ ਇੰਪਰੂਵ ਹੋ ਜਾਂਦੀ ਆ। ਹੁਣ ਇੱਕ ਤਾਂ ਹਿੰਜ ਟਾਈਪ ਹੈਗੇ ਸੀ ਵੀ ਖਾਲੀ ਅੱਗੇ ਪਿੱਛੇ ਖੁੱਲ੍ਹਣਾ,
ਹੁਣ ਇੰਪਲਾਂਟ ਹੈਗੇ ਵੀ ਸਾਈਡ ਵਾਈਜ਼ ਵੀ ਆਪਾਂ ਚੌਂਕੜੀ ਮਾਰ ਕੇ ਗੁਰਦੁਆਰਾ ਸਾਹਿਬ ਵੀ ਬਹਿ ਸਕਦੇ, ਨਹੀਂ ਤਾਂ ਜਿਹਨਾਂ ਦੇ ਗੋਡੇ ਦਾ ਆਪਰੇਸ਼ਨ ਹੋਏ ਵਿਚਾਰੇ ਜਿੱਦਾਂ ਉਹ ਗੋਡੇ ਉੱਪਰ ਫੜ ਕੇ ਬਹਿੰਦੇ ਸੀ, ਜਾਂ ਕਈ ਗੁਰਦੁਆਰਾ ਸਾਹਿਬ 'ਚ ਜਿੱਦਾਂ ਨੰਬਰ 5 'ਚ ਉਹਨਾਂ ਨੇ ਪੈਰੀਫਰੀ 'ਚ ਬੈਠਣ ਵਾਸਤੇ ਵੀ ਬਣਾਇਆ, ਪਰ ਸਾਨੂੰ ਕਰਨਾ ਚਾਹੀਦਾ ਸਾਡੇ ਪੋਪੂਲੇਸ਼ਨ 'ਚ ਨਾ ਵੀ ਉਹਨਾਂ ਦੀ ਅਗਰ ਨਹੀਂ ਬਹਿ ਸਕਦੇ ਤਾਂ ਉਹਨਾਂ ਦੇ ਲਈ ਉਹ ਸਥਾਨ ਹੋਣਾ ਚਾਹੀਦਾ, ਕਿਉਂਕਿ ਉਹਨਾਂ ਦੀ ਸ਼ਰਧਾ ਭਾਵਨਾ ਤਾਂ ਹੈਗੀ ਆ, ਲੇਕਿਨ ਕੁਛ ਬੋਡੀ ਮਜਬੂਰੀ ਕਰਕੇ ਨਹੀਂ ਉਹ ਗੋਡੇ ਆਪਣੇ ਜਿਹੜੇ ਕ੍ਰੋਸ ਕਰਕੇ ਬਹਿ ਸਕ ਰਹੇ। ਜਦੋਂ ਵੀ ਕੋਈ ਵਿਅਕਤੀ ਆਉਂਦਾ ਵੀ ਗੋਡੇ ਦਾ ਦਰਦ ਹੋ ਰਿਹਾ, ਗਿੱਟੇ ਦਾ ਜੁਆਇੰਟ ਦਾ ਦਰਦ ਹੋ ਰਿਹਾ, ਤਾਂ ਉਦੋਂ ਆਪਾਂ ਹਿਸਟਰੀ ਲੈਂਦੇ ਹਾਂ, ਫਿਰ ਸਾਨੂੰ ਕੁਛ ਇਨਵੈਸਟੀਗੇਸ਼ਨ ਕਰਨੇ ਪੈਂਦੇ ਆ, ਔਰ ਜਿਹੜਾ ਬੇਸਿਕ ਟੈਸਟ ਹੁੰਦਾ ਹੁੰਦਾ ਐਕਸਰੇ ਹੁੰਦਾ, ਬਲੱਡ ਟੈਸਟ ਤੋਂ ਅਸੀਂ ਦੇਖਦੇ ਹਾਂ ਵੀ ਅਗਰ ਸਾਨੂੰ ਇਨਫਲਮੇਟਰੀ ਆਰਥਰਾਈਟਿਸ ਦੀ ਵਰੀ ਆ, ਖਾਸ ਕਰਕੇ ਰੂਮੇਟੋਇਡ ਆਰਥਰਾਈਟਿਸ ਦੀ, ਅਤੇ ਬਲੱਡ ਕਾਊਂਟ 'ਚ ਵਾਈਟ ਸੈੱਲ ਵਧੇ ਹੋਣਗੇ, ਸੀ ਰਿਐਕਟਿਵ ਪ੍ਰੋਟੀਨ ਜਾਂ ESR ਇਨਫਲਮੇਟਰੀ ਮਾਰਕਰਸ ਵਧੇ ਹੁੰਦੇ ਆ, RA ਫੈਕਟਰ ਵੀ ਅਸੀਂ ਚੈੱਕ ਕਰ ਸਕਦੇ ਬਲੱਡ 'ਚ, ਨੋਰਮਲ ਉਹਦੀ ਲੈਵਲ 20 ਤੋਂ ਥੱਲੇ ਹੁੰਦੀ ਆ, ਜਿਹਨਾਂ ਨੂੰ ਰੂਮੇਟੋਇਡ ਆਰਥਰਾਈਟਿਸ ਹੁੰਦਾ ਉਹ ਜ਼ਿਆਦਾ ਹੁੰਦੀ ਆ। ਫਿਰ ਅਸੀਂ ਐਂਟੀਬੋਡੀਜ਼ ਵੀ ਚੈੱਕ ਕਰ ਸਕਦੇ, ਜਿਹਨੂੰ ਆਪਾਂ ਐਂਟੀ ਨਿਊਕਲੀਅਰ ਐਂਟੀਬੋਡੀ ਕਹਿੰਦੇ ਹਾਂ, ANA ਟੈਸਟ ਉਹਨਾਂ ਦਾ ਹਾਈ ਹੁੰਦਾ, ਲਿਊਪਸ ਵਾਲਿਆਂ ਦਾ ਚਲੋ ਡਾਇਗਨੋਸਿਸ ਹੋ ਗਿਆ ਹੁੰਦਾ, ਜਾਂ ਲਿਊਪਸ ਐਂਟੀਕੋਗੂਲੈਂਟਸ ਜਿਹੜਾ ਹੈਗਾ ਉਹਦੇ 'ਚ ਹੁੰਦਾ, ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਸਾਨੂੰ ਪਤਾ ਲੱਗਦਾ। ਇੱਕ ਗੱਲ ਜਿਹੜੀ ਪ੍ਰੀਵੈਂਸ਼ਨ 'ਚ ਜਦੋਂ ਆਪਾਂ ਗੱਲ ਕਰ ਰਹੇ ਸੀ ਚਿੱਟੇ ਦੀ, ਉਹਦੇ 'ਚ ਮੈਂ ਭੁੱਲ ਗਿਆ ਵੀ ਵਾਈਟਮਿਨ ਡੀ ਦਾ ਬਹੁਤ ਵੱਡਾ ਰੋਲ ਹੈਗਾ ਮਸਲਸ, ਬੋਨਸ, ਜੁਆਇੰਟਸ ਇਹਨਾਂ ਦੇ ਵਿੱਚ, ਔਰ ਹੈਲਥ ਕੈਨੇਡਾ ਵੀ ਸਾਨੂੰ ਕਹਿੰਦੀ ਆ ਵੀ ਸਾਨੂੰ ਐਡਲਟਸ ਨੂੰ ਵਾਈਟਮਿਨ ਡੀ ਜਿਹੜਾ ਹੈਗਾ ਜ਼ਰੂਰ ਲੈਣਾ ਚਾਹੀਦਾ, ਔਰ ਜਦੋਂ ਬੱਚੇ ਜੰਮਦੇ ਉਹਨਾਂ ਨੂੰ ਅਸੀਂ 400 ਯੂਨਿਟ ਦਿੰਦੇ ਹਾਂ, ਜਦੋਂ ਵੱਡੇ ਹੁੰਦੇ 600 ਯੂਨਿਟ, ਲੇਕਿਨ ਵਾਈਟਮਿਨ ਡੀ ਔਰ ਕੈਲਸ਼ੀਅਮ ਦਾ ਵੀ ਵੱਡਾ ਰੋਲ ਹੈਗਾ ਸਾਡੇ ਜੁਆਇੰਟਸ ਦੇ ਵਿੱਚ। ਅਸੀਂ ਸਾਰਿਆਂ ਨੇ ਦੇਖਿਆ ਸਾਡੇ ਘਰਾਂ 'ਚ ਕਿਰਲੀ ਹੁੰਦੀ ਸੀ, ਅਤੇ ਉਹਦੀ ਅਗਰ ਪੂਛ ਟੁੱਟ ਜਾਏ ਤਾਂ ਉਹਦੀ ਪੂਛ ਦੀ ਗ੍ਰੋਥ ਹੁੰਦੀ ਸੀ, ਹੈ ਨਾ, ਅਤੇ ਉਹ ਹੈਗਾ ਕਾਰਟੀਲੇਜ, ਜਿਹੜੇ ਮਟੀਰੀਅਲ ਦੇ ਨਾਲ ਸਾਡਾ ਕੰਨ, ਨੱਕ ਅਤੇ ਹੱਡੀਆਂ ਦੇ ਥੱਲੇ ਮੈਂ ਦੱਸਿਆ ਸੀ ਜਿਹੜਾ ਕੁਸ਼ਨ ਹੁੰਦਾ। ਹੁਣ ਤੁਸੀਂ ਕਦੀ ਨਹੀਂ ਦੇਖਿਆ ਹੋਣਾ ਵੀ ਕਿਸੇ ਦਾ ਗਿੱਟਾ ਨਵਾਂ ਪੈਂਦਾ, ਹਾਲਾਂਕਿ ਸਾਰਾ ਲੋਡ ਸਾਡੇ ਗਿੱਟੇ ਦੇ ਉੱਤੇ ਪੈਂਦਾ ਗੋਡਿਆਂ ਤੋਂ ਥੱਲੇ ਜਾ ਕੇ। ਜਿਹੜਾ ਗਿੱਟਾ ਨਾ ਐਵੋਲਿਊਸ਼ਨਰੀ ਸਭ ਤੋਂ ਮਾਡਰਨ ਹੈਗਾ, ਸਭ ਤੋਂ ਨਵੀਕਲਾ ਹੈਗਾ, ਸੋ ਉਹਦੇ ਵਿੱਚ ਜਿਹੜਾ ਕਾਰਟੀਲੇਜ ਆ, ਉਹਦੇ ਜਿਹੜੇ ਸਟੈਮ ਸੈੱਲ ਹੈਗੇ ਆ, ਉਹ ਆਪਣੇ ਆਪ ਨੂੰ ਰਿਪੇਅਰ ਜ਼ਿਆਦਾ ਫਾਸਟ ਕਰਦੇ ਔਰ ਛੇਤੀ ਕਰਦੇ ਆ। ਜਿਹੜੇ ਗੋਡੇ ਦੇ ਥੋੜ੍ਹੇ ਮੱਧਮ ਵਰਗ ਦੇ, ਜਿਹੜੇ ਹਿੱਪ ਦੇ ਬਹੁਤ ਘੱਟ ਦੇ, ਸੋ ਇਸ ਲਈ ਤੁਸੀਂ ਦੇਖੋਗੇ ਹਿੱਪ ਟ੍ਰਾਂਸਪਲਾਂਟ ਹੋ ਰਿਹਾ, ਨੀ ਟ੍ਰਾਂਸਪਲਾਂਟ ਹੋ ਰਿਹਾ। ਰਿਸਰਚ ਆਈ ਸੀ ਪਿਛਲੇ ਵਰੇ ਵੀ ਉਹਨਾਂ ਨੇ ਗਿੱਟੇ ਤੋਂ ਉਹੀ ਵਿਅਕਤੀ ਦੇ ਸਟੈਮ ਸੈੱਲ ਲੈ ਕੇ ਉਹਨਾਂ ਦੇ ਗੋਡੇ ਦੇ ਵਿੱਚ ਪਾਏ, ਅਤੇ ਕਾਫੀ ਕਾਮਯਾਬੀ ਮਿਲੀ ਸੀ, ਨੋਟ 100%, ਲੇਕਿਨ ਕਾਫੀ ਕਾਮਯਾਬੀ ਮਿਲੀ ਸੀ ਵੀ ਉਹਨਾਂ ਦਾ ਜਿਹੜਾ ਕਾਰਟਿਲੇਜ ਆ ਉਹ ਰੀਜਨਰੇਟ ਹੋਣਾ ਸ਼ੁਰੂ ਹੋ ਗਿਆ। ਅੱਛਾ, ਸੋ ਫਿਊਚਰ ਆਫ ਸਾਇੰਸ ਹੋ ਸਕਦਾ ਵੀ ਅਸੀਂ ਇਹ ਜਿਹੜੇ ਨੀ ਟ੍ਰਾਂਸਪਲਾਂਟ ਵਗੈਰਾ ਤੋਂ ਨਿਕਲ ਕੇ ਸਟੈਮ ਸੈੱਲ ਜਿਹੜੇ ਹੈਗੇ ਆ ਆਪ ਦੇ ਹੀ, ਹੁਣ ਸਟੈਮ ਸੈੱਲ ਤੁਹਾਡੇ ਆਪ ਦੇ ਬੋਨ ਮੈਰੋ ਤੋਂ ਲੈ ਸਕਦੇ ਹਾਂ, ਅਤੇ ਜਿਹੜੀ ਢਿੱਡ ਲੱਗੇ ਫੈਟ ਜਾਂ ਨਾੜੂ ਦੇ ਵਿੱਚ ਜਦੋਂ ਬੱਚਾ ਜਨਮਦਾ ਉਦੋਂ ਲੈ ਸਕਦੇ ਹਾਂ, ਜਾਂ ਤੁਹਾਡੇ ਢਿੱਡ ਦੇ ਵਿੱਚ ਜਿਹੜੇ ਫੈਟ ਸੈੱਲਸ ਉਦੋਂ ਵੀ ਤੁਹਾਡੇ ਸਟੈਮ ਸੈੱਲ ਕ੍ਰੀਏਟ ਕੀਤੇ ਜਾ ਸਕਦੇ ਆ। ਸੋ ਉਹ ਫਿਊਚਰਿਸਟਿਕ ਹੋਊਗਾ ਵੀ ਹੈਲਥ ਕੇਅਰ ਦੇ ਵਿੱਚ ਅਸੀਂ ਇਹ ਚੀਜ਼ਾਂ ਇਸਤੇਮਾਲ ਕਰਿਆ ਕਰਾਂਗੇ ਬਜਾਏ ਕਿ ਜਿਹੜੀ ਸਰਜਰੀ ਦਾ ਜਿਹੜਾ ਹੈਗਾ। ਰਾਈਟ ਨਾਓ ਇਹ ਸਾਰੀਆਂ ਚੀਜ਼ਾਂ ਆਉਣ 'ਚ 10-1 ਸਾਲ ਜ਼ਰੂਰ ਲੱਗੂਗਾ, ਕਿਉਂਕਿ ਰਿਸਰਚ ਬੇਸਡ ਗੱਲਾਂ ਚੱਲ ਰਹੀਆਂ। ਡਾਕਟਰ ਭੁਰਜੀ ਜੀ ਸਾਡੇ ਸਟੂਡੀਓਜ਼ ਦੇ ਵਿੱਚ ਨੇ, ਗੱਲਬਾਤ ਚੱਲ ਰਹੀ ਹੈ ਕਿ ਜੋੜਾਂ ਦੇ ਦਰਦ ਕਿਵੇਂ ਠੀਕ ਕੀਤੇ ਜਾ ਸਕਦੇ ਨੇ ਆਰਥਰਾਈਟਿਸ ਲਈ, ਔਰ ਦੱਸ ਰਹੇ ਨੇ ਕਿ ਨਵੀਆਂ ਨਵੀਆਂ ਦਵਾਈਆਂ ਜਾਂ ਐਕਸਪੈਰੀਮੈਂਟ ਹੋ ਰਹੇ ਹਨ। ਲਾਈਨ 1, ਹੈਲੋ ਹੈਲੋ ਹਾਏ ਹਾਏ, ਆਈ ਹੈਵ ਅ ਕੁਐਸਚਨ ਬੇਸਿਕਲੀ ਬਿਕੋਜ਼ ਆਈ ਹਰਡ ਯੂ ਗਾਇਜ਼ ਵਰ ਟਾਕਿੰਗ ਅਬਾਊਟ ਦ ਰੂਮੇਟੋਇਡ ਆਰਥਰਾਈਟਿਸ, ਰਾਈਟ? ਸੋ ਵਟ ਹੈਪਨ ਇਜ਼ ਲਾਈਕ my eye got red, right? So when I went to the eye specialist, like it's inflammation in the eye, and they diagnosed it with the sclerosis, right? Yeah. And they said it might be because of the rheumatoid arthritis, right? Yeah. So they did all the tests, but they couldn't find anything, right? Mm-hmm. But this my position still keep on coming, like after few months, yeah, my eyes still keep on getting red. Yeah. See, the thing is, I said, the whole body is in inflammatory mode, so uveitis, that's the medical terminology, the iris, they get inflamed, the capsule of the joint called synovium get inflamed. So basically anti-inflammatory, sometimes we have to use eye drops, sometimes we have to use short course of steroid, sometimes we have to use methotrexate or allopurinol. So you should talk with your rheumatoid arthritis specialist, we call rheumatologist, and talk about the further plan that your eyes are not getting better, whether we should go on methotrexate or allopurinol. So
but I have seen like 2-3 rheumatologists. They couldn't find anything. Like, they couldn't guide me anything, right? Like, they did all the tests. All the tests comes fine. No, nothing. They said, I don't have rheumatoid arthritis. Oh, okay, so you don't have rheumatoid arthritis. You have only red eyes. So allergies is also one of the reason for red eyes. So we should explore into that. If your test for rheumatoid arthritis is all negative, your eyes are red, they're itchy, they're swollen, they cause you discomfort, allergies could also be a factor. But you should go through your family doctor and get some allergy testing done. Thank you. Agle sade caller name Gary, line 2. Hi, Gary. Sat Sri Akal, ji. ਕਿੰਸਾ ਡਾਕਟਰ ਸਾਹਿਬ ਪੁੱਛਣਾ ਸੀ ਇੱਕ ਅਮਰੀਕਾ ਦੇ ਵਿੱਚ ਜਿਹੜਾ ਗੋਡਿਆਂ ਦਾ ਸਟੈਮ ਸੈੱਲ ਕਰਦੇ ਆ ਇੱਥੇ ਅਤੇ ਇਹਦੇ ਬਾਰੇ ਇਹਨਾਂ ਦਾ ਕੀ ਖਿਆਲ ਹੈ ਇਹ ਠੀਕ ਨੇ ਜਾਂ ਕਿੱਦਾਂ ਆਪਣੇ ਨਹੀਂ ਕਰਦੇ ਪਰ US ਦੇ ਵਿੱਚ ਕਰਦੇ ਆ ਹਾਂਜੀ ਮੈਂ ਉਹਦੀ ਗੱਲ ਹੁਣੇ ਕੀਤੀ ਸੀ ਵੀ ਫਿਊਚਰ 'ਚ ਸਮਾਂ ਆਊਗਾ ਵੀ ਅਸੀਂ ਆਪਦੇ ਹੀ ਸਟੈਮ ਸੈੱਲ ਲੈ ਕੇ ਗੋਡਿਆਂ 'ਚ ਪਾਵਾਂਗੇ ਉੱਥੇ ਵੀ ਕੋਸਟ ਕਾਫੀ ਜ਼ਿਆਦਾ $50,000 ਦਾ ਬਿੱਲ ਬਣਾ ਦਿੰਦੇ ਹੋ ਉਹਦੇ ਉੱਤੇ ਰੀਸਰਚ ਇੰਨੀ ਨਹੀਂ ਹੈਗੀ ਮੇਰੇ ਖਿਆਲ ਹੈ ਤੁਸੀਂ ਨੈਚੁਰੋਪੈਥ ਦੀ ਗੱਲ ਕਰ ਰਹੇ ਹੋ ਜੀ ਕਾਲਰ ਨਹੀਂ ਸਾਡੇ ਹੀ ਸਟੈਮ ਸੈੱਲ ਸਾਡੇ ਫੈਟ ਤੋਂ ਲੈ ਕੇ ਬੋਨ ਮੈਰੋ ਤੋਂ ਲੈ ਕੇ ਗੋਡੇ 'ਚ ਇੰਜੈਕਟ ਕੀਤੇ ਜਾਂਦੇ ਆ ਇਹਨੂੰ ਆਟੋਲੋਗਸ ਸਟੈਮ ਸੈੱਲ ਕਹਿੰਦੇ ਵੀ ਤੁਹਾਡੇ ਆਪ ਦੇ ਲੈ ਕੇ ਹੀ ਕਰਨੇ ਸੋ ਅਮੈਰੀਕਾ ਦੇ ਵਿੱਚ ਪ੍ਰਮਾਣਿਤ ਹੈਗੇ ਆ ਕੈਨੇਡਾ 'ਚ ਅਲਵ ਨਹੀਂ ਹੈਗੇ ਹੈਲਥ ਕੈਨੇਡਾ ਅਲਵ ਨਹੀਂ ਕਰਦੇ ਇਹਨੂੰ ਹਾਲਾਂਕਿ ਕਈ ਵਾਰ ਕਿਸੇ ਦਾ ਫ੍ਰੈਕਚਰ ਹੋ ਗਿਆ ਹਿੱਪ ਦਾ ਉਹਦਾ ਬੋਨ ਮੈਰੋ ਉਹ ਮੈਨੂਪਲੇਟ ਕਰਦੇ ਕਰਦੇ ਡਾਕਟਰ ਕਰ ਸਕਦਾ ਬਟ ਇਟਸ ਨੋਟ ਏ ਸਟੈਂਡਰਡ ਟ੍ਰੀਟਮੈਂਟ ਵੀ ਆਪਾਂ ਉਹਨੂੰ ਲੇਬਲ ਕੀਤੀ ਜਾਏ ਇੱਥੇ ਕੈਨੇਡਾ 'ਚ ਅਵੇਲੇਬਲ ਨਹੀਂ ਆ ਲੇਕਿਨ ਪ੍ਰੋਬਲਮ ਇਹ ਹੈਗਾ ਵੀ ਜੀ ਵੀ ਇਹ ਅਰਲੀ ਸਟੇਜ 'ਚ ਹੈਗਾ ਕਈ ਤਾਂ ਜਿਹੜੇ ਹੈਗੇ ਪੇਸ਼ੈਂਟ ਬਹੁਤ ਹੈਪੀ ਆ ਵੀ ਉਹਨਾਂ ਦਾ ਕਾਰਟੀਲੇਜ ਜਿਹੜਾ ਰੀਜਨਰੇਟ ਹੋਇਆ ਕਈਆਂ ਦੇ ਵਿੱਚ ਅਸਰ ਨਹੀਂ ਹੋਇਆ ਸੋ ਇਹ ਅਰਲੀ ਸਟੇਜ 'ਚ ਹੈਗੀ ਆ ਸੋ ਮੈਂ ਕਹੂੰਗਾ ਵੀ ਅਜੇ ਥੋੜ੍ਹਾ ਟਾਈਮ ਵੇਟ ਕਰੋ ਔਰ ਮੋਰ ਰੀਸਰਚ ਆਉਣ ਦਿਓ ਅਸੀਂ ਫਿਰ ਆ ਕੇ ਤੁਹਾਡੇ ਨਾਲ ਪ੍ਰੋਗਰਾਮ ਸਾਂਝਾ ਕਰਾਂਗੇ ਜਦੋਂ ਹੋਰ ਰੀਸਰਚ ਆਊਗੀ ਫਿਲਹਾਲ ਇਟਸ ਨੋਟ ਸਟੈਂਡਰਡ ਆਫ ਕੇਅਰ ਕੋਸ਼ਿਸ਼ਾਂ ਜਾਰੀ ਨੇ ਰੀਸਰਚ ਬੇਸ ਹੈਗਾ ਜ਼ਿਆਦਾ ਡਾਕਟਰ ਸਾਹਿਬ ਹੋਰ ਤੁਸੀਂ ਅਖੀਰ ਦੇ ਵਿੱਚ ਕੀ ਦੱਸਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਜੋੜਾਂ ਦੇ ਦਰਦਾਂ ਤੋਂ ਪੀੜਤ ਨੇ ਕਿ ਉਹਨਾਂ ਨੂੰ ਸਭ ਨੂੰ ਜਿਹੜੇ ਆਲਟਰਨੇਟਿਵ ਨੇ ਉਹ ਵਰਤਣੇ ਚਾਹੀਦੇ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਾਇਓਲੋਜਿਕਸ ਵਗੈਰਾ ਨੇ ਉਹ ਇਹਦਾ ਅਲਟੀਮੇਟ ਉਹ ਖਾਲੀ ਬਾਇਓਲੋਜਿਕ ਸਿਰਫ ਅਗਰ ਤੁਹਾਡਾ ਇਮਿਊਨ ਸਿਸਟਮ ਪ੍ਰੋਬਲਮ ਕਰ ਰਿਹਾ ਤਾਂ ਕਰੂਗਾ ਹੈ ਨਾ ਜਿਵੇਂ ਰੂਮੇਟੋਇਡ ਆਰਥਰਾਈਟਿਸ ਆ ਲਿਊਪਸ ਹੈਗਾ ਸੋਰਾਇਸਿਸ ਹੈਗਾ ਬਟ ਜਿਹੜਾ ਸਭ ਤੋਂ ਜ਼ਿਆਦਾ ਆਰਥਰਾਈਟਿਸ ਆ ਵੇਅਰ ਐਂਡ ਟੇਅਰ ਦਾ ਉਹ ਆਸਟੀਓਆਰਥਰਾਈਟਿਸ ਆ ਉਹ 'ਚ ਬਾਇਓਲੋਜਿਕਸ ਕੰਮ ਨਹੀਂ ਕਰੂਗਾ ਉਹਦੇ ਵਿੱਚ ਜਿੱਦਾਂ ਸਾਡੇ ਘਰਾਂ ਦੇ ਵਿੱਚ ਕਿਚਨ 'ਚ ਅਦਰਕ ਹੈਗਾ ਕਾਲੀ ਮਿਰਚ ਹੈਗੀ ਆ ਲਸਣ ਹੈਗਾ ਇਹ ਸਾਰੀ ਚੀਜ਼ਾਂ ਐਂਟੀ ਇਨਫਲਮੇਟਰੀ ਹੈਗੀਆਂ ਇਹ ਵੀ ਹੈਲਪ ਕਰ ਸਕਦੀਆਂ ਲੇਕਿਨ ਗੱਲ ਉੱਥੇ ਹੋਣੀ ਆ ਲਾਈਫ ਸਟਾਈਲ 'ਚ ਵੀ ਵੇਟ ਦਰੁਸਤ ਰੱਖੋ ਗੋਡਿਆਂ ਦੇ ਉੱਤੇ ਜਿਹੜਾ ਹੈਗਾ ਵੇਟ ਜ਼ਿਆਦਾ ਨਾ ਪਵੇ ਖਾਣੇ ਦੇ ਵਿੱਚ ਚਿੱਟੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਘਟਾ ਦਿਉ ਡੇਅਰੀ ਪ੍ਰੋਡਕਟ ਸ਼ੂਗਰ ਲੂਣ ਚਿੱਟਾ ਬ੍ਰੈਡ ਚਿੱਟੇ ਆਟੇ ਦੀ ਰੋਟੀ ਨਾਨ ਚੀਜ਼ ਪਨੀਰ ਅਤੇ ਹਰੀਆਂ ਚੀਜ਼ਾਂ ਫਾਈਬਰ ਵਾਲੀਆਂ ਚੀਜ਼ਾਂ ਜ਼ਿਆਦਾ ਕਰੋ ਕਈ ਲੋਕ ਕੀ ਕਹਿੰਦੇ ਆ ਵੀ ਅਸੀਂ ਐਕਵਾਸਾਈਜ਼ ਕਰੀਏ ਵੀ ਸਵਿਮਿੰਗ ਪੂਲ ਦੇ ਵਿੱਚ ਐਕਸਰਸਾਈਜ਼ ਕਰੀਏ ਅਤੇ ਅਸੀਂ ਬੈਟਰ ਰਹਿੰਦੇ ਉਹਦੇ ਨਾਲ ਪੇਨ ਘੱਟ ਹੁੰਦੀ ਆ ਉਹ ਕਰ ਸਕਦੇ ਆ ਕਈ ਕਹਿੰਦੇ ਆ ਵੀ ਨਹੀਂ ਅਸੀਂ ਬਾਈਕ ਚਲਾਉਂਦੇ ਹਾਂ ਸਟੇਸ਼ਨਰੀ ਬਾਈਕ ਸਾਨੂੰ ਉਹ ਠੀਕ ਲੱਗਦਾ ਜਿਹੜਾ ਵੀ ਤੁਹਾਨੂੰ ਠੀਕ ਲੱਗਦਾ ਕਈ ਕਹਿੰਦੇ ਵੀ ਅਸੀਂ ਕੋਲਡ ਕੰਪਰੈਸਿਸ ਲਾਉਂਦੇ ਹਾਂ ਵੀ ਉੱਥੇ ਜਲਨ ਹੁੰਦੀ ਆ ਉਹ ਠੀਕ ਆ ਕਈ ਕਹਿੰਦੇ ਨਹੀਂ ਜਦੋਂ ਹੀਟ ਲੱਗਦੀ ਉਦੋਂ ਚੰਗਾ ਲੱਗਦਾ ਹੈ ਨਾ ਜਿਹੜਾ ਤੁਹਾਨੂੰ ਠੀਕ ਕਈ ਕਹਿੰਦੇ ਵੀ ਅਸੀਂ ਕਾਊਂਟਰ ਇਰੀਟੈਂਟਸ ਲਾਉਣੇ ਆ ਜਿੱਦਾਂ ਜੋੜ ਦੇ ਉੱਤੇ ਨਾ ਕਰੀਮਾਂ ਆਉਂਦੀਆਂ ਜਿੱਦਾਂ ਇੰਡੀਆ ਪੁਰਾਣੇ ਟਾਈਮ 'ਚ ਆਵਟੈਕਸ ਹੁੰਦੀ ਸੀ ਇੱਥੇ ਕੈਪਸੀਕਮ ਕਰੀਮ ਹੁੰਦੀ ਹੈ ਜਿੱਦਾਂ ਚਾਈਨੀਜ਼ ਟਾਈਗਰ ਬਾਮ ਬਹੁਤ ਐਡਵਰਟਾਈਜ਼ ਹੁੰਦੀ ਆ ਉਹਦੇ ਨਾਲ ਇੱਦਾਂ ਹੁੰਦਾ ਵੀ ਚਮੜੇ ਦੇ ਜਿਹੜੇ ਰਿਸੈਪਟਰ ਆ ਉਹ ਥੋੜ੍ਹੇ ਜਿਹੇ ਟ੍ਰਿਗਰ ਹੋ ਜਾਂਦੇ ਆ ਉਹ ਝੁੰਝਣਾਪਨ ਤੁਹਾਨੂੰ ਮਹਿਸੂਸ ਹੁੰਦਾ ਤੁਸੀਂ ਆਪਣੀ ਗੋਡੇ ਦੀ ਪੇਨ ਭੁੱਲ ਜਾਂਦੇ ਹੋ ਤੁਹਾਡਾ ਬ੍ਰੇਨ ਉਸ ਪਾਸੇ ਡਾਇਰੈਕਟ ਹੋ ਜਾਂਦਾ ਤੀਜੀ ਗੱਲ ਇਹ ਹੈਗੀ ਆ ਵੀ ਸਾਧਨਾ ਸਿਮਰਨ ਸਾਧਨਾ ਮੈਡੀਟੇਸ਼ਨ ਮਾਈਂਡਫੁਲ ਮੈਡੀਟੇਸ਼ਨ ਜਿਹੜਾ ਪੇਨ ਆ ਉਹਨੂੰ ਵੀ ਕੰਟਰੋਲ ਕਰਨਾ ਹੁਣ ਹਰ ਇੱਕ ਵਿਅਕਤੀ ਦਾ ਪੇਨ ਦਾ ਸਬਜੈਕਟਿਵ ਰਿਸਪੋਂਸ ਹੁੰਦਾ ਕਈ ਸੂਈ ਦੇਖ ਕੇ ਚੀਕਾਂ ਮਾਰਨ ਲੱਗ ਪੈਂਦੇ ਕਈਆਂ ਦੇ ਟੀਕਾ ਲਾ ਵੀ ਦਈਏ ਤਾਂ ਵੀ ਹੱਸਦੇ ਸੋ ਆਪਾਂ ਆਪਣੇ ਆਪਣਾ ਪੇਨ ਥਰੈਸ਼ਹੋਲਡ ਥੋੜ੍ਹਾ ਵਧਾਈਏ ਬਾਕੀ ਆਰਥਰਾਈਟਿਸ ਤੋਂ ਬਚ ਕੇ ਰਹੀਏ ਹੋ ਗਈ ਤਾਂ ਫਿਰ ਡਰਨ ਦੀ ਲੋੜ ਨਹੀਂ ਹੈਗੀ ਆਪਾਂ ਹੈਗੇ ਤੁਹਾਡੀ ਹੈਲਪ ਕਰਾਂਗੇ ਥੈਂਕ ਯੂ ਸਰ ਕੁਝ ਹਫ਼ਤੇ ਬਾਅਦ ਫਿਰ ਮਿਲਾਂਗੇ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਬਰ 1 ਸਾਊਥ ਏਸ਼ੀਅਨ ਰੇਡੀਓ ਸਟੇਸ਼ਨ 89.1 ਐਂਡ 93.1 ਰੈਡ ਐਫ ਐਮ